PRTC ਵੱਲੋਂ ਨਵੀਆਂ ਬੱਸਾਂ ਦਾ ਕਾਫਲਾ ਤਿਆਰ ਹੈ ਤੇ ਤੁਸੀਂ ਵੇਖੋ ਕਿ ਨਵੀਂ ਟੀਮ ਹੈ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਦੀ ਉਸ ਵੱਲੋਂ ਜਿਹੜਾ ਹੈ 24 ਨਵੀਆਂ ਬੱਸਾਂ ਜਿਹੜੀਆਂ ਨੇ ਉਹ ਅੱਜ ਦੀ ਤਰੀਕ ਵਿੱਚ ਮਾਨਯੋਗ ਟਰਾਂਸਪੋਰਟ ਮੰਤਰੀ ਵੱਲੋਂ ਜਿਹੜਾ ਹੈ ਪੰਜਾਬ ਸਰਕਾਰ ਦੇ ਬੇੜੇ ਵਿੱਚ ਪੰਜਾਬ ਰੋਡਵੇਜ਼ ਦੇ ਬੇੜੇ ਵਿੱਚ ਪਾਈਆਂ ਜਾ ਰਹੀਆਂ ਨੇ ਨਵੀਆਂ ਬੱਸਾਂ ਤਿਆਰ ਨੇ ਤੁਸੀਂ ਵੇਖ ਸਕਦੇ ਹੋ ਚੰਡੀਗੜ੍ਹ ਪਟਿਆਲਾ ਬੁਢਲਾਡਾ ਇਸ ਰੂਟ ਤੇ ਜਾ ਰਹੀ ਹੈ ਪਹਿਲੀ ਬੱਸ ਕਿਸੇ ਹੋਰ ਰੂਟ ਤੇ ਜਾ ਰਹੀ ਸੀ ਇਸ ਤਰੀਕੇ ਦੇ ਨਾਲ ਨਵੀਆਂ ਬੱਸਾਂ ਜਿਹੜੀਆਂ ਹੈ ਉਹਨਾਂ ਦੀ ਜਿਹੜੀ ਹੈ PRTC ਦੇ ਬੇੜੇ ਵਿੱਚ ਪਾ ਦਿੱਤੀਆਂ ਗਈਆਂ ਨੇ ਚੰਡੀਗੜ੍ਹ ਤੋਂ ਲੈ ਕੇ ਬਠਿੰਡਾ ਵਾਇਆ ਪਟਿਆਲਾ ਚੰਡੀਗੜ੍ਹ ਤੋਂ ਸੰਗਰੂਰ ਇਹ ਦੇਖੋ ਕੁੱਲ ਮਿਲਾ ਕੇ ਜਿਹੜਾ 24 ਬੱਸਾਂ ਦਾ ਇਹ ਕਾਫਿਲਾ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਬੇੜੇ ਵਿੱਚ ਪਾ ਦਿੱਤਾ ਗਿਆ ਹੈ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਇੱਕ ਵੱਡੀ ਤਸਵੀਰ ਦੇਖ ਰਹੇ ਹੋ ਤੁਸੀਂ PRTC ਦਾ ਜਿਹੜਾ ਇਹ ਇੱਕ ਬੱਸ ਸਟੈਂਡ ਹੈ ਇੱਕ ਵਰਕਸ਼ਾਪ ਹੈ ਉੱਥੋਂ ਦੀ 24 ਬੱਸਾਂ ਦਾ ਜਿਹੜਾ ਕਾਫਿਲਾ ਹੈ ਉਹ ਵੱਖੋ ਵੱਖ ਰੂਟਸ 'ਤੇ ਤੁਸੀਂ ਵੇਖ ਸਕਦੇ ਹੋ ਕਿ ਵੱਖੋ ਵੱਖ ਰੂਟਸ 'ਤੇ ਇਹ ਬੱਸਾਂ ਜਿਹੜੀਆਂ ਨੇ PRTC ਦੇ ਬੇੜੇ ਵਿੱਚ ਨਵੀਆਂ ਬੱਸਾਂ ਪਾ ਦਿੱਤੀਆਂ ਗਈਆਂ ਇੱਕ ਰਸਮੀ ਸਮਾਗਮ ਦੇ ਜ਼ਰੀਏ ਜਿਹੜਾ ਹੈ ਇਹ ਬੱਸਾਂ ਦਾ ਇੱਕ ਲੰਬਾ ਜਿਹਾ ਸ਼ਾਟਸ ਇੱਕ ਪੂਰਾ ਵਾਈਡ ਸ਼ਾਟ ਜ਼ਰਾ ਵਿਖਾ ਦਿਓ ਕਿ 24 ਬੱਸਾਂ ਜਿਹੜੀਆਂ ਹੈ ਉਹ ਪੰਜਾਬ ਰੋਡਵੇਜ਼ PRTC ਦੇ ਬੇੜੇ ਵਿੱਚ ਜਿਹੜੀਆਂ ਹੈ ਉਹ ਪਾ ਦਿੱਤੀਆਂ ਗਈਆਂ ਹੈ ਇਸ ਦੇ ਨਾਲ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਦੀ ਜਿਹੜੀ ਟਰਾਂਸਪੋਰਟ ਦੀ ਵਿਵਸਥਾ ਹੈ ਉਸ ਵਿੱਚ ਜ਼ਰੂਰ ਥੋੜ੍ਹਾ ਜਿਹਾ ਵੈਲਿਊ ਐਡੀਸ਼ਨ ਹੋਏਗਾ ਅਤੇ ਇਸ ਦੇ ਨਾਲ ਜਿਹੜਾ ਹੈ ਪੰਜਾਬ ਦੀਆਂ ਜਿਹੜੀਆਂ ਸਵਾਰੀਆਂ ਨੇ ਪ੍ਰਾਈਵੇਟ ਬੱਸਾਂ ਦੇ ਭਰੋਸੇ ਜ਼ਿਆਦਾ ਚੱਲਦੀਆਂ ਨੇ ਕਿਉਂਕਿ ਪ੍ਰਾਈਵੇਟ ਬੱਸਾਂ ਦਾ ਸਟੇਕ ਥੋੜ੍ਹਾ ਪ੍ਰਾਈਵੇਟ ਬੱਸਾਂ ਦੀ ਜਿਹੜੀ ਗਿਣਤੀ ਹੈ ਉਹ ਜ਼ਿਆਦਾ ਹੈ ਬਹੁਤ ਸਾਰੇ ਸਵਾਲ ਟਰਾਂਸਪੋਰਟ ਨੀਤੀ ਨੂੰ ਲੈ ਕੇ ਉੱਠਦੇ ਰਹੇ ਨੇ ਅਤੇ ਉਸ ਪੂਰੀ ਜਿਹੜੇ ਸਵਾਲਾਂ ਦੇ ਜਵਾਬ ਇਹਨਾਂ 24 ਬੱਸਾਂ ਦੇ ਜ਼ਰੀਏ ਜਿਹੜਾ ਹੈ ਉਹ ਜ਼ਰੂਰ ਮਿਲਣਗੇ ਅਜਿਹਾ ਉਮੀਦ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ PRTC ਦੀਆਂ 24 ਬੱਸਾਂ ਜਿਹੜੀਆਂ ਹੈ ਉਹ ਇਸ ਤਰੀਕੇ ਦੇ ਨਾਲ ਪੰਜਾਬ ਜਿਹੜਾ ਹੈ ਰੋਡਵੇਜ਼ PRTC ਦੇ ਬੇੜੇ ਵਿੱਚ ਉਹਨਾਂ ਦੀ ਜਿਹੜੀ ਹੈ ਐਂਟਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿ ਲਾਲਜੀਤ ਭੁੱਲਰ ਮੁਲਾਜ਼ਮਾਂ ਦੀ ਜ਼ਰੂਰਤ ਹੋਵੇਗੀ ਉਹ ਪੂਰੀ ਕਰਾਂਗੇ ਅੱਜ 29 ਬੱਸਾਂ ਨੂੰ ਹਰੀ ਝੰਡੀ ਦੇ ਕੇ ਤੋਰਿਆ ਗਿਆ ਅਤੇ ਅੱਜ ਤੋਂ ਕੁਝ ਦਿਨ ਪਹਿਲਾਂ ਪੱਟੀ ਡੀਪੂ ਤੋਂ ਰੋਡਵੇਜ਼ ਦੀਆਂ 28 ਬੱਸਾਂ ਨੂੰ ਹਰੀ ਝੰਡੀ ਦੇ ਕੇ ਹਿੰਦੁਸਤਾਨ ਦੇ ਭਾਰਤ ਦੇ ਵੱਖ ਵੱਖ ਰੂਟਾਂ ਤੇ ਜਿਹੜੇ ਬੜੇ ਲੰਮੇ ਸਮੇਂ ਤੋਂ ਬੰਦ ਪਏ ਸਨ ਉਹਨਾਂ ਤੇ ਤੋਰਿਆ ਗਿਆ ਦੇਖੋ ਪਹਿਲਾਂ ਤੇ ਜਿਹੜਾ ਟਾਈਮ ਟੇਬਲ ਆ ਉਹਨੂੰ ਲਾਗੂ ਕੀਤਾ ਜਾ ਰਿਹਾ ਇੱਕ ਪਰਮਿਟ ਇੱਕ ਬੱਸ ਨੂੰ ਜਲਦੀ ਲਾਗੂ ਕਰ ਦਿੱਤਾ ਜਾਊਗਾ ਤੇ ਜਿੰਨੇ ਵੀ ਟਰਾਂਸਪੋਰਟ ਮਾਫੀਆ ਜਿਹੜੇ ਨਜਾਇਜ਼ ਬੱਸਾਂ ਚਲਾਉਂਦੇ ਸਨ ਇੱਕ ਪਰਮਿਟ ਤੇ ਤਿੰਨ ਤਿੰਨ ਚਾਰ ਚਾਰ ਉਹ ਸਾਰਾ ਕੁਝ ਖਤਮ ਕਰ ਦਿੱਤਾ ਜਾਵੇਗਾ ਜਿੰਨਾ ਵੀ ਕੰਮ ਹੈ ਆਨਲਾਈਨ ਕੀਤਾ ਜਾਵੇਗਾ ਜਿਵੇਂ ਅੱਗੇ ਆਪਾਂ ਟੂਰਿਸਟ ਵੋਲਵੋ ਬੱਸਾਂ ਦੇਖਦੇ ਸਾਂ ਕਿ ਉਹਨਾਂ ਨੇ ਇੱਕ ਵਾਰੀ ਇੱਥੇ ਆ ਕੇ ਆਉਣਾ ਅਤੇ ਜੁਰਮਾਨਾ ਪੈ ਜਾਣਾ ਆਨਲਾਈਨ ਨਾ ਆਉਣ ਕਾਰਨ ਇੱਕੋ ਜੁਰਮਾਨਾ 54,000 ਭਰਨਾ ਉਹ ਵੀ ਜੁਰਮਾਨਾ ਵੀ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਇੱਕ ਵਾਰ ਦਾ ਜੁਰਮਾਨਾ 54,000 ਜੇ ਅਗਰ ਦੂਸਰੀ ਵਾਰ ਉਹਨੂੰ ਜੁਰਮਾਨਾ ਪਵੇ 1,60,000 ਅਤੇ ਉਸ ਤੋਂ ਅਗਲੀ ਵਾਰ ਜੇ ਪਵੇਗਾ ਤਾਂ 2,16,000 ਪਵੇਗਾ ਡਬਲ ਹੁੰਦਾ ਜਾਵੇਗਾ ਹਰ ਵਾਰ ਅਤੇ ਤੀਸਰੀ ਵਾਰ ਤੋਂ ਅਗਰ ਚੌਥੀ ਵਾਰ ਕਾਬੂ ਆਇਆ ਤਾਂ ਉਹਦੀ ਬੱਸ ਇੰਪਾਊਂਡ ਹੋਵੇਗੀ ਉਹਦੀ ਬੱਸ ਚੱਲਣ ਨਹੀਂ ਦੇਵਾਂਗੇ ਬਸ ਆਇਡੈਂਟੀਫਾਈ ਜਲਦੀ ਹੋਵੇਗਾ ਕਿਉਂਕਿ ਸਾਰਾ ਕੰਮ ਜਿੱਥੇ ਜਿੱਥੇ ਵੀ ਆਨਲਾਈਨ ਕਰਨ ਦੀ ਜ਼ਰੂਰਤ ਹੋਵੇਗੀ ਸਾਰਾ ਕੰਮ ਆਨਲਾਈਨ ਕਰਾਂਗੇ ਪਰਮਿਟ ਵੀ ਆਨਲਾਈਨ ਹੋਣਗੇ ਕਰਮਚਾਰੀ ਜਿਹੜੇ ਉਹ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਵੇਖੋ ਉਹਨਾਂ ਵੀ ਸਾਨੂੰ ਵੋਟਾਂ ਪਾਈਆਂ ਅਤੇ ਚੰਗੀ ਸਰਕਾਰ ਬਣਾਈ ਆ ਉਹਨਾਂ ਦੇ ਜਿਹੜੇ ਹੱਕ ਹੋਣਗੇ ਜੋ ਵੀ ਹੱਕ ਹੋਣਗੇ ਉਹਨਾਂ ਨੂੰ ਲਿਆ ਕੇ ਦੇਵਾਂਗੇ ਬਸ ਕੁਝ ਸਮਾਂ ਜ਼ਰੂਰ ਲੱਗੇਗਾ ਕਿਉਂਕਿ ਸਰਕਾਰ ਬਣੀ ਹੈ ਜੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਸਮਾਂ ਲੱਗੇਗਾ ਉਹਨਾਂ ਭਰਾਵਾਂ ਦੇ ਵੀ ਹੱਕ ਉਹਨਾਂ ਨੂੰ ਲਿਆ ਕੇ ਦੇਵਾਂਗੇ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਆ ਉਹ ਜਲਦੀ ਅਸੀਂ ਉਹਨਾਂ 'ਤੇ ਵੀ ਗੌਰ ਕਰਾਂਗੇ ਜਿਹੜੇ ਸਾਡੇ ਭੈਣਾਂ ਭਰਾਵਾਂ ਨੂੰ ਜੋ ਵੀ ਸਹੂਲਤਾਂ ਚਾਹੀਦੀਆਂ ਉਹ ਹਦਾਇਤਾਂ ਕੀਤੀਆਂ ਗਈਆਂ ਕਿਉਂਕਿ ਗਰਮੀ ਦਾ ਮੌਸਮ ਆ ਗਿਆ ਹਰੇਕ ਬੱਸ ਦੇ ਵਿੱਚ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਕੋਸ਼ਿਸ਼ ਕਰਾਂਗੇ ਕਿ CCTV ਕੈਮਰੇ ਵੀ ਜਲਦ ਤੋਂ ਜਲਦ ਅਸੀਂ ਬੱਸਾਂ ਦੇ ਵਿੱਚ ਲਵਾਈਏ ਤਾਂ ਜੋ ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਅਤੇ ਕੋਈ ਵਾਰਦਾਤਾਂ ਜਿਹੜੇ ਗੈਂਗਸਟਰ ਜਾਂ ਹੋਰ ਕੋਈ ਵਾਰਦਾਤਾਂ ਕਰਦੇ ਉਹ ਵਾਰਦਾਤਾਂ ਨੂੰ ਵੀ ਠੱਲਾਂ ਪਾਈਆਂ ਜਾ ਸਕਣ ਮੇਰੀ ਨੌਲੇਜ 'ਚ ਨਹੀਂ ਤੇ ਵੇਖੋ ਕੇਜਰੀਵਾਲ ਸਾਹਿਬ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਅਫਸਰਾਂ ਦੇ ਨਾਲ ਮੀਟਿੰਗ 'ਚ ਲੈ ਸਕਦੇ ਆ ਪਰ ਮੇਰੀ ਨੌਲੇਜ 'ਚ ਨਹੀਂ
ਤੇ ਇਹ ਕੋਈ ਵੇਖੋ ਪੱਤਰਕਾਰ ਭਾਈ ਜਰਾ ਸਾਡੇ ਆਪਦੇ ਭਰਾ ਨੇ ਦੂਜੇ ਸੂਬੇ ਦੇ ਸੀਐਮ ਕਿਵੇਂ ਦੂਜੇ ਸੂਬੇ ਪਹਿਲੇ ਸੂਬੇ ਵੇਖੋ ਸਾਡੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਪਰ ਮੇਰੀ ਨੌਲੇਜ ਚ ਨਹੀਂ ਕਿ ਮੀਟਿੰਗ ਕੀਤੀ ਹੈ ਨੌਲੇਜ ਇਹ ਮਨੋਪਲੀ ਬਣੀ ਹੋਈ ਹੈ ਮਾਫੀਆ ਬਣਿਆ ਹੋਇਆ ਟਰਾਂਸਪੋਰਟ ਦਾ ਇਹਨੂੰ ਤੋੜਨ ਵਾਸਤੇ ਕੀ ਯਤਨ ਕਰ ਰਹੇ ਹੋ ਤੁਸੀਂ ਪ੍ਰੋਟੋਕਾਲ ਵੇਖੋ ਪ੍ਰੋਟੋਕਾਲ ਜਿਹੜੀ ਮੇਰੇ ਵੀਰ ਗੱਲ ਕਰਦੇ ਆ ਟਰਾਂਸਪੋਰਟ ਮਾਫੀਆ ਨੂੰ ਤੋੜਨ ਦੀ ਬਿਲਕੁਲ ਟਰਾਂਸਪੋਰਟ ਮਾਫੀਆ ਨੂੰ ਤੋੜਾਂਗੇ ਜਿੱਥੇ ਜਿੱਥੇ ਖਾਮੀਆਂ ਪਾਈਆਂ ਜਾਂਦੀਆਂ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਕੁਝ ਸਾਡੇ ਹੀ ਮਹਿਕਮੇ ਦੇ ਵਿੱਚ ਵੀ ਹੈਗੀਆਂ ਨੇ ਕਾਲੀਆਂ ਭੇਡਾਂ ਉਹਨਾਂ ਨੂੰ ਵੀ ਕਾਬੂ ਕਰਾਂਗੇ ਜਲਦ ਤੋਂ ਜਲਦ ਮੈਂ ਆਪ ਖੁਦ ਹਾਈਵੇ 'ਤੇ ਬੱਸ ਸਟੈਂਡਾਂ 'ਤੇ ਨਿਕਲ ਕੇ ਚੈਕਿੰਗ ਕਰੂੰਗਾ ਆਪਰੇਸ਼ਨ ਕਰੂੰਗਾ ਇਹ ਸਾਰਾ ਕੁਝ ਕਾਬੂ ਕਰਾਂਗੇ ਬਸ ਤੁਹਾਨੂੰ ਥੋੜ੍ਹੇ ਦਿਨਾਂ ਦੇ ਵਿੱਚ ਹੀ ਇਹਦੇ ਵਿੱਚ ਵੱਡਾ ਸੁਧਾਰ ਉਹਨੂੰ ਮਿਲੇਗਾ ਕੁਝ ਮਹੀਨਿਆਂ ਦੇ ਵਿੱਚ ਹੀ ਅਸੀਂ ਆਪਣੇ ਟਰਾਂਸਪੋਰਟ ਮਹਿਕਮੇ ਨੂੰ ਮਾਲੀਏ ਨੂੰ ਡਿਉੜਾ ਕਰਕੇ ਵਿਖਾਵਾਂਗੇ ਕੁਝ ਮਹੀਨਿਆਂ 'ਚ ਇਹਨੂੰ ਸਾਡੇ 24 ਬੱਸਾਂ ਜਿਹੜੀਆਂ ਹੈ ਉਹ ਐਡ ਆਨ ਕੀਤੀਆਂ ਗਈਆਂ ਹੈ ਅਤੇ ਇਸ ਦੇ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੀ ਟਰਾਂਸਪੋਰਟ ਵਿਵਸਥਾ ਹੈ ਉਸ ਵਿੱਚ ਜ਼ਰੂਰ ਥੋੜ੍ਹਾ ਵੈਲਿਊ ਐਡੀਸ਼ਨ ਹੋਏਗਾ ਪੰਜਾਬ ਦੀ ਟਰਾਂਸਪੋਰਟ ਵਿਵਸਥਾ ਦੇ ਵਿੱਚ ਜ਼ਰੂਰ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਹਾਂਜੀ ਸਰ ਥੋੜ੍ਹੀ ਆਪਣੀ ਇੰਟਰੋਡਕਸ਼ਨ ਦਿਓ ਅਤੇ ਦੱਸੋ ਕਿ ਇਸ ਦੇ ਨਾਲ ਕਿੰਨਾ ਕੁ ਹੁਲਾਰਾ ਜਿਹੜਾ ਹੈ ਉਹ ਟਰਾਂਸਪੋਰਟ ਵਿਵਸਥਾ ਹੁਲਾਰਾ ਤਾਂ ਦੇਖੋ ਕਾਫੀ ਫਰਕ ਪੈਂਦੇ ਆ ਜਦੋਂ ਆਪਾਂ ਨਵਾਂ ਕੋਈ ਵੀ ਕੰਮ ਕਰਦੇ ਹਾਂ ਹੁਣ ਦੇਖੋ ਨਵੀਆਂ ਗੱਡੀਆਂ ਪਈਆਂ ਨਵੀਆਂ ਗੱਡੀਆਂ ਦਾ ਹੁਲਾਰਾ ਤਾਂ ਸਾਡੀ ਰਸੀਡ ਬਹੁਤ ਵੱਧ ਗਈ ਪਹਿਲਾਂ ਨਾਲੋਂ ਕੰਮ ਵਧੀਆ ਬੰਦਿਆਂ ਨੂੰ ਰੁਜ਼ਗਾਰ ਮਿਲ ਰਿਹਾ ਨਵੇਂ ਸਟਾਫ ਨੂੰ ਰੁਜ਼ਗਾਰ ਮਿਲ ਰਿਹਾ ਹੁਣ ਕਾਫੀ ਸੁਧਾਰ ਹੋ ਰਿਹਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਅਸੀਂ ਕਾਫੀ ਪਰਮਿਟ ਨਵੇਂ ਚੱਕੇ ਆ ਨਵੇਂ ਬਾਹਰਲੇ ਸਟੇਜਾਂ ਦੇ ਪਰਮਿਟ ਚੱਕੇ ਆ ਉਹ ਸਭ ਰੂਟ ਅਸੀਂ ਨਵੇਂ ਚਲਾ ਰਹੇ ਹਾਂ ਉਹਦੇ ਨਾਲ PRTC ਨੂੰ ਫਾਇਦਾ ਸਾਡੇ ਮਤਲਬ ਮੁਲਾਜ਼ਮਾਂ ਦੇ ਵਿੱਚ ਵਾਧਾ ਹੋਊਗਾ ਹਰ ਇੱਕ ਚੀਜ਼ ਦੀ ਸਾਡੀਆਂ ਟਾਈਮ ਸਿਰ ਮਿਲ ਜਾਂਦੀਆਂ ਹੁਣ ਕੋਈ ਦਿੱਕਤ ਨਹੀਂ ਸਾਨੂੰ ਕੋਈ ਟਾਈਮ 'ਤੇ ਮਿਲ ਰਹੀ ਆ ਕੋਈ ਦਿੱਕਤ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਵੀ ਹਾਂਜੀ ਕੁਝ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਨੇ ਉਹ ਦੱਸ ਰਹੇ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਅਤੇ ਤੁਸੀਂ ਵੇਖ ਸਕਦੇ ਹੋ ਕਿ ਨਵੀਆਂ ਬੱਸਾਂ ਜਿਹੜੀਆਂ ਨੇ ਇੱਕ ਬੱਸ ਦੇ ਅੰਦਰ ਚੜ੍ਹ ਕੇ ਤੁਹਾਨੂੰ ਵਿਖਾਉਂਦੇ ਹਾਂ ਕਿ ਕੁਝ ਵਿਵਸਥਾ ਹੈ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਬੱਸ ਰਾਹੀਂ ਜਿਹੜਾ ਹੈ ਸਵਾਰੀਆਂ ਦਾ ਜਿਹੜਾ ਥੋੜ੍ਹਾ ਸਫ਼ਰ ਹੈ ਉਸ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਹੋਏਗੀ ਡਰਾਈਵਰ ਸਾਹਿਬ ਮੌਜੂਦ ਨੇ ਸਾਡੇ ਨਾਲ ਡਰਾਈਵਰ ਸਾਹਿਬ ਕਿਹੜੇ ਰੂਟ 'ਤੇ ਚੱਲ ਰਹੀ ਹੈ ਤੁਹਾਡੀ ਬੱਸ ਇਹ ਗੱਡੀ ਅਜਮੇਰ ਸ਼ਰੀਫ ਚੱਲੂ ਜੀ ਸੰਗਰੂਰ ਤੋਂ ਅਜਮੇਰ ਸ਼ਰੀਫ ਬਿਲਕੁਲ ਨਵੀਆਂ ਬੱਸਾਂ ਬਿਲਕੁਲ ਨਵੀਆਂ ਬੱਸਾਂ ਨੇ ਜੀ ਬਿਲਕੁਲ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਸੁਖਾਲਾ ਹੋਏਗਾ ਪੰਜਾਬੀਆਂ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਜੀ PRTC ਦੇ ਵਿਹੜੇ 'ਚ 255 ਗੱਡੀਆਂ ਨਵੀਆਂ ਆਈਆਂ ਨੇ ਇਸ ਕਰਕੇ ਪੰਜਾਬ ਦੀ ਜਨਤਾ ਨੂੰ ਬਹੁਤ ਹੀ ਸੁੱਖ ਮਿਲ ਗਏ ਧੰਨਵਾਦ ਸੋ ਇਹ ਬੱਸ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਬੱਸਾਂ ਦਾ ਜਿਹੜਾ ਹੈ ਹੁਣ ਪ੍ਰੋਪਰ ਜਿਹੜਾ ਇਹਨਾਂ ਨੂੰ PRTC ਦੇ ਵਿਹੜੇ ਵਿੱਚ ਐਂਟਰ ਕਰਵਾਇਆ ਜਾ ਰਿਹਾ ਹੈ PRTC ਸੇਵਾਵਾਂ ਦੇਖੋ ਰੂਟ ਇਹਨਾਂ ਦੇ ਲੱਗੇ ਹੋਏ ਨੇ ਲੁਧਿਆਣਾ ਹੁਸ਼ਿਆਰਪੁਰ ਚਿੰਤਪੁਰਨੀ ਮਲੇਰਕੋਟਲਾ ਫਗਵਾੜਾ ਰੂਟ ਇਹਨਾਂ ਦੇ ਬਿਲਕੁਲ ਜਿਹੜੇ ਹੈ ਉਹ ਲੱਗੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਕਿ PRTC ਦੇ ਵਿਹੜੇ ਵਿੱਚ ਇਹ ਨਵੀਆਂ ਬੱਸਾਂ ਜਿਹੜੀਆਂ ਹੈ ਉਹ ਪਾ ਦਿੱਤੀਆਂ ਗਈਆਂ ਨੇ ਵੇਖ ਸਕਦੇ ਹੋ ਤੁਸੀਂ ਕਿ ਰੂਟ ਸਾਰਿਆਂ ਦੇ ਲੱਗੇ ਹੋਏ ਨੇ ਆ ਰੂਟ ਇਹਨਾਂ ਦੇ ਲੱਗੇ ਹੋਏ ਨੇ ਬੱਸਾਂ ਬਿਲਕੁਲ ਤਿਆਰ ਨੇ ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੀਆਂ ਬੱਸਾਂ ਨੇ ਜ਼ਿਆਦਾਤਰ ਬੱਸਾਂ 'ਤੇ ਰੂਟ ਜਿਹੜਾ ਹੈ ਚੰਡੀਗੜ੍ਹ ਜਲੰਧਰ ਚੰਡੀਗੜ੍ਹ ਬੁਢਲਾਡਾ ਤੋਂ ਚੰਡੀਗੜ੍ਹ ਇਹ ਸਾਰੇ ਰੂਟਸ ਜਿਹੜੇ ਨੇ ਇਹਨਾਂ 'ਤੇ ਲਿਖੇ ਹੋਏ ਨੇ ਬੱਸਾਂ ਜਿਹੜੀਆਂ ਨੇ ਹੁਣ ਨਿਕਲ ਚੁੱਕੀਆਂ ਨੇ ਸੜਕਾਂ 'ਤੇ ਉਤਰਨ ਜਾ ਰਹੀਆਂ ਨੇ 24 ਬੱਸਾਂ ਹੈ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ PRTC ਦੇ ਵਿਹੜੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਕਰ ਲਿਆ ਗਿਆ ਹੈ ਸੋ ਚੰਡੀਗੜ੍ਹ ਦੇ ਇਸ PRTC ਦੇ ਇਸ ਜਿਹੜਾ ਹੈ ਵਰਕਸ਼ਾਪ ਤੋਂ ਇਸ ਨਵੀਂ ਸ਼ੁਰੂਆਤ ਦੇ ਨਾਲ PRTC ਦੀਆਂ 24 ਬੱਸਾਂ ਜਿਹੜੀਆਂ ਉਹ ਪੰਜਾਬ ਦੀਆਂ ਸੜਕਾਂ 'ਤੇ ਉਤਰਨ ਜਾ ਰਹੀਆਂ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਇਹਨਾਂ ਬੱਸਾਂ ਦੇ ਰਾਹੀਂ ਪੰਜਾਬੀਆਂ ਦਾ ਜਿਹੜਾ ਹੈ ਉਹ ਸਫ਼ਰ ਜ਼ਰੂਰ ਸੁਖਾਲਾ ਹੋਏਗਾ ਕੈਮਰਾਮੈਨ ਜਸ਼ਨਪ੍ਰੀਤ ਦੇ ਨਾਲ ਸ਼ਰਮਿਤ ਚੌਧਰੀ ਜਗਬਾਣੀ TV ਚੰਡੀਗੜ੍ਹ